ਨਹੀਂ ਕਾਂਗਰਸ ਵਾਲੇ ਕਹਿ ਰਹੇ ਨੇ ਵੀ ਸਕੂਟਰੀਆਂ ਦੇਾਂਗੇ ਤੁਹਾਡੀਆਂ ਧੀਆਂ ਨੂੰ ਜਦੋਂ ਜੇ ਅਸੀਂ ਲੋੜ ਨਹੀਂ ਸਕੂਟਰੀਆਂ ਦੀ ਜੀ ਅੱਛਾ ਕਾਹੇ ਲੋੜ ਨਹੀਂ ਤੱਕ ਬਣਿਆ ਨਹੀਂ ਪਾਵਾਂਗੇ ਝਾੜੂ ਨੂੰ ਵੋਟ ਬਣਿਆ ਝਾੜੂ ਨੂੰ ਪਾਵਾਂਗੇ ਠੀਕ ਹੈ ਜੇ ਝਾੜੂ ਵਾਲਾ ਗੱਲ ਨੂੰ ਮੁੱਕਰ ਗਿਆ ਫੇਰ ਦੇਖੀਓ ਦੇਖੇ ਜਾਓ ਜਿੱਥੇ ਹੋਰ ਮੁੱਕਰ ਗਏ ਜਿੱਥੇ ਹੋਰ ਮੁੱਕਰ ਇਹ ਮੁੱਕਰ ਜੂ ਮੁੱਕਰ ਜਾਣਗੇ ਠੀਕ ਹੈ ਹਾਂ ਜਿੱਥੇ ਉਹਨਾਂ ਨੇ ਸਾਡਾ ਕੀ ਕਰਦਾ ਵਾਰਦੇ ਤਾਂ ਹੈ ਨਹੀਂ ਕੁਝ 5 ਸਾਲ ਇਹਨੂੰ ਵੀ ਦੇ ਦਈਏ ਜੀ ਤੁਹਾਡੇ ਪਿੰਡ ਵੀ ਦੇਖ ਲਈਏ ਤੁਹਾਡੇ ਪਿੰਡ ਚ ਮਾਤਾ ਚਿੱਟੇ ਨਸ਼ਾ ਵਰਤਦੇ ਨੇ ਮੁੰਡੇ ਚ ਨਸ਼ਾ ਬਥੇਰੇ ਖਾਂਦੇ ਨੇ ਅੱਛਾ ਬਹੁਤ ਖਾਂਦੇ ਨੇ ਵੀਰੇ ਅੱਛਾ ਟੋਲੀਆਂ ਬੰਨੀ ਫਿਰਦੇ ਨੇ ਜਿਵੇਂ ਚੰਨੀ ਸਰਕਾਰ ਆਈ ਹੈ ਹੁਣ ਇਹਨਾਂ ਨੇ ਪਹਿਲਾਂ 21000 ਰੁਪਏ ਸੀ ਸ਼ਗਨ ਸਕੀਮ ਗਰੀਬ ਪਰਿਵਾਰਾਂ ਦੇ ਧੀਆਂ ਵਾਸਤੇ ਹੁਣ ਇਹਨਾਂ ਨੇ 51000 ਰੁਪਏ ਕਰਿਆ ਫਿਰ 51000 ਠੀਕ ਨਹੀਂ ਠੀਕ ਆ ਵੀਰੇ ਫਿਰ ਜੇ ਠੀਕ ਹੈ ਫਿਰ ਨਾਲੇ ਤੁਸੀਂ ਕਹਿ ਰਹੇ ਹੋ ਝਾੜੂ ਨੂੰ ਵੋਟ ਪਾਵਾਂਗੇ ਝਾੜੂ ਨੂੰ ਪਾਵਾਂਗੇ ਅਸੀਂ ਪਾਵਾਂਗੇ ਵੀਰੇ ਝਾੜੂ ਨੇ ਪਾਵਾਂਗੇ ਵੀਰੇ ਵੋਟ ਤਾਂ ਕਿ ਝਾੜੂ ਨੂੰ ਦੇਖਾਂਗੇ ਵੀਰੇ 5 ਸਾਲ ਝਾੜੂ ਨੂੰ ਦਵਾਂਗੇ ਜਿਵੇਂ ਭੈਣ ਜੀ 21000 ਰੁਪਿਆ ਸ਼੍ਰੋਮਣੀ ਅਕਾਲੀ ਦਲ ਨੇ ਗਰੀਬਾਂ ਵਾਸਤੇ ਸ਼ਗਨ ਸਕੀਮ ਧੀਆਂ ਵਾਸਤੇ ਸ਼ੁਰੂ ਕਰੀ ਸੀ ਨਹੀਂ ਉਹਨਾਂ ਨੇ 21000 ਸ਼ੁਰੂ ਕਰੀ ਸੀ ਫਿਰ ਉਸ ਤੋਂ ਬਾਅਦ 51000 ਰੁਪਿਆ ਹੁਣ ਚੰਨੀ ਸਰਕਾਰ ਨੇ ਕਾਂਗਰਸ ਨੇ ਕਰੀ ਹੈ ਨਹੀਂ ਵੀਰ ਜੀ ਉਹ ਬਾਅਦ ਤੋਂ ਮੁੱਕਰ ਜਾਂਦੇ ਨੇ ਵਾਅਦਾ ਨਹੀਂ ਉਹ ਪੂਰਨ ਹੋਂਦੇ ਝਾੜੂ ਨੂੰ ਦੇਖਾਂਗੇ ਹੁਣ ਅਸੀਂ ਜੇ ਮੰਨ ਲਓ ਝਾੜੂ ਵਾਲੇ ਮੁੱਕਰ ਕੇ ਫੇਰ ਨਹੀਂ ਨਹੀਂ ਉਹ ਮੁੱਕਰ ਜਾਣਗੇ ਫਿਰ ਕੀ ਹੋ ਜਾਣਗੇ ਵੀਰੇ ਤੈਨੂੰ ਕਿਹੜਾ ਪਤਾ ਤਾਂ ਆਪੇ ਖਾ ਜਾਂਦੇ ਨੇਗੇ ਸਾਨੂੰ ਕਿਹੜੇ ਆਉਂਦੇ ਨੇ ਪੈਸੇ ਭਾਈ ਨਹੀਂ ਜੇ ਝਾੜੂ ਮੇਰਾ ਸਵਾਲ ਹੈ ਵੀ ਜਿਵੇਂ ਦੋ ਸਰਕਾਰਾਂ ਤੁਸੀਂ ਕਹਿੰਦੇ ਹੋ ਵੀ ਅਕਾਲੀ ਵੀ ਮੁੱਕਰ ਗਏ ਕਾਂਗਰਸੀ ਵੀ ਜੇ ਝਾੜੂ ਵਾਲਾ ਵੀ ਮੁੱਕਰ ਗਿਆ ਫਿਰ ਕਿੱਥੇ ਉਹ ਪਿਆ ਤਾਂ ਮੁੱਕਰ ਗਿਆ ਪੰਜ ਦੇਖ ਲਾਂਗੇ ਪਛਾਣ ਉਹ ਤਾਂ ਨਜੀਫੇ ਵੀ ਮੁੱਕਰ ਗਿਆ ਜੀ ਜਿਵਾਖਾਂ ਨੇ ਜਿਹੜੇ ਨਜੀਫੇ ਲੱਗੇ ਹੋਏ ਤੇ ਨਾ ਉਹ ਵੀ ਮੁੱਕਰ ਗਏ ਜਿਹੜੇ ਨੇੜੇ ਮਾਰੇ ਹੀ ਧਰਮ ਸੋਤ ਲਵੇ ਜੀ ਅਸੀਂ ਬੇਰੁਜ਼ਗਾਰੀ ਬਹੁਤ ਆ ਗਈ ਇੱਕ ਸਾਡੇ ਪਿੰਡ ਚ ਨਸ਼ਾ ਬਹੁਤ ਹੋ ਰਿਹਾ ਜੀ ਬੇਰੁਜ਼ਗਾਰ ਮੁੰਡੇ ਨੇ ਨਸ਼ੇ ਤੈਨੂੰ ਲੱਗ ਰਹੇ ਨੇ ਜ਼ਿਆਦੇ ਇਹਦੇ ਕਰਕੇ ਜੀ ਸਰਕਾਰ ਨੇ ਕੁਛ ਕਰਿਆ ਹੀ ਨਹੀਂ ਹੈਗਾ ਹੁਣ ਤਾਈ ਹਾਂ ਜੀ ਜੇਕਰ ਸਰਕਾਰ ਦੀ ਗੱਲ ਕਰੀ ਜਾਵੇ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਦੀ ਸਰਕਾਰ ਆਸਦੀ ਆਉਣ ਵਾਲੇ ਸਮੇਂ ਇਸ ਟਾਈਮ ਝਾੜੂ ਦੀ ਆਊਗੀ ਜੀ ਨਾ ਜੀ ਅਕਾਲੀ ਦਲ ਨੇ ਨਾ ਕਿਸੇ ਨੇ ਕਾਂਗਰਸ ਵਾਲਿਆਂ ਨੇ ਨਹੀਂ ਅਕਾਲੀ ਦਲ ਨੇ 21000 ਸ਼ਗਨ ਸਕੀਮ ਧੀਆਂ ਵਾਸਤੇ ਕੱਲੀ ਸ਼ਗਨ ਸਕੀਮ ਨੂੰ ਕੀ ਕਰਾਂਗੇ ਸਾਡੇ ਬੱਚੇ ਨਿੱਕੇ ਨਿੱਕੇ ਦਾ ਭਵਿੱਖ ਆ ਜਿਹੜਾ ਸਾਡਾ ਬਹੁਤ ਬੁਰਾ ਹਾਲ ਹੋ ਰਿਹਾ ਜੀ ਅਸੀਂ ਕਹਿੰਦੇ ਆ ਵੀ ਮੁਫਤ ਸਾਡੀ ਪੜ੍ਹਾਈ ਹੋਵੇ ਰੁਜ਼ਗਾਰ ਆ ਸਾਨੂੰ ਉਰੇ ਮਿਲੇ ਬਾਹਰ ਜਾਣ ਦੀ ਸਾਨੂੰ ਲੋੜ ਨਾ ਪਵੇ ਜੀ ਕੰਮ ਕਰਨ ਸਾਨੂੰ ਕੀ ਲੋੜ ਆ ਕਣਕ ਆਟੇ ਦਾਲ ਦੀ ਸਾਨੂੰ ਤਾਂ ਲੋੜ ਨਹੀਂ ਹੈਗੀ ਜਦ ਇੱਕ ਪਰਿਵਾਰ ਦੇ ਵਿੱਚੋਂ 5 ਜੀ ਮੰਨ ਲਾ ਕੰਮ ਕਰਨਗੇ ਮਹੀਨੇ ਦਾ ਜਾਂ 20000 ਰੁਪਇਆ ਕੰਮ ਦੇਣਗੇ ਉਹ ਲੱਖ ਰੁਪਇਆ ਕਮਾ ਕੇ ਲਾਉਣਗੇ ਸਾਨੂੰ ਕਣਕ ਦਾਲ ਦੀ ਕੀ ਲੋੜ ਆ ਸਾਨੂੰ ਤਾਂ ਜੁੰਟਾਂ ਦੀ ਵੀ ਲੋੜ ਨਹੀਂ ਹੈਗੀ ਜ਼ਰੂਰਤ ਨੀ ਹੈਗੀ ਸਾਨੂੰ ਕਿਉਂਕਿ ਇਹਨਾਂ ਨੇ ਇਹ ਚਾਰਟ ਤੇ ਲਾ ਰੱਖਿਆ ਵੀ ਸਾਨੂੰ ਆਟਾ ਦਾਲ ਸਕੀਮ ਦੇ ਰਹੇ ਹਾਂ ਜਿਹੜੇ ਤਕੜੇ ਵਰਗ ਦੇ ਲੋਕ ਨੇ ਉਹ ਸਾਨੂੰ ਸਾਡੇ ਤੇ ਇਹੀ ਚੀਜ਼ ਦਾ ਦਬਾਅ ਪਾਉਂਦੇ ਨੇ ਜਦ ਵੀ ਆਉਂਦੇ ਨੇ ਇਲੈਕਸ਼ਨਾਂ ਮੌਕੇ ਉਦੋਂ ਪਹਿਲਾਂ ਕੋਈ ਨਹੀਂ ਆ ਕੇ ਖੜਦਾ ਵੀ ਤੁਹਾਨੂੰ ਆਟਾ ਦਾਲ ਸਕੀਮ ਦਿੰਦੇ ਹਾਂ ਅਸੀਂ ਕਿਉਂਕਿ ਸਾਰਿਆਂ ਦੇ ਇਹੀ ਚੀਜ਼ ਰੜਕਦੀ ਹੈ ਵੀ ਇਹਨਾਂ ਨੂੰ ਆਟਾ ਦਾਲ ਸਕੀਮ ਦੇ ਰਹੇ ਹਾਂ ਅਸੀਂ ਕਿਉਂ ਅਸੀਂ ਇਹ ਚੀਜ਼ ਨੂੰ ਬੰਦ ਕਰਾਉਣਾ ਚਾਹੁੰਦੇ ਹਾਂ ਵੀ ਇਹ ਚੀਜ਼ ਬੰਦ ਹੋ ਜੇ ਸਾਨੂੰ ਰੁਜ਼ਗਾਰ ਮਿਲੇ ਸਾਨੂੰ ਤਾਂ ਤਨਖਾਹਾਂ ਮਿਲਣ ਹੈ ਸਾਨੂੰ ਕੀ ਜ਼ਰੂਰਤ ਆ ਕਿਸੇ ਦੇ ਟੁਕੜਿਆਂ 'ਤੇ ਪੱਲਣ ਦੀ ਜਦੋਂ ਗਰੀਬਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਉਸ ਆਵਾਜ਼ ਨੂੰ ਚੁੱਕਣ ਵਾਸਤੇ ਬਾਬੂ ਕਾਂਸ਼ੀ ਰਾਮ ਜੀ ਆਏ ਹਾਂਜੀ ਅੰਬੇਡਕਰ ਜੀ ਦੀ ਸੋਚ ਨੂੰ ਅੱਗੇ ਵਧਾਇਆ ਮਾਇਆਵਤੀ ਜੀ ਇਹਨਾਂ ਨੇ ਹੁਣ ਗੱਠਜੋੜ ਕਰਿਆ ਤੁਸੀਂ ਆਪਣੇ ਬਸਪਾ ਨੂੰ ਵੀ ਸਮਰਥਨ ਨਹੀਂ ਦਿਓਗੇ ਦਿਲ ਤੋਂ ਨਹੀਂ ਜੀ ਦਵਾਂਗੇ ਬਸਪਾ ਕਿਉਂਕਿ ਇਹ ਜਿਹੜਾ ਅਕਾਲੀ ਦਲ ਆ ਬਸਪਾ ਦੀ ਵੋਟ ਨੂੰ ਉਹ ਮੰਨਦੇ ਹੀ ਨਹੀਂ ਹੈਗਾ ਮੇਰੇ ਤਾਂ ਖੁਦ ਪਰਚਾ ਪਿਆ ਹੋਇਆ ਸੀਗਾ ਅਸੀਂ ਨੇ 35 ਪਿੰਡਾਂ ਦੇ ਵਿੱਚ ਜਾ ਕੇ ਆਪਦੇ ਵਰਕਰਾਂ ਨੂੰ ਕਿਹਾ ਵੀ ਅਕਾਲੀ ਦਲ ਨੂੰ ਸਪੋਰਟ ਕਰੋ ਅਕਾਲੀ ਦਲ ਨੂੰ ਸਪੋਰਟ ਕਰੀ ਜਿਸ ਦਿਨ ਮਾਨੀ ਜਿੱਤਿਆ ਉਸ ਦਿਨ ਇਹਨਾਂ ਨੇ ਕਹਿਤਾ ਸੀ ਇਹ ਹਾਥੀ ਵਾਲੇ ਨੇ ਇਹਨਾਂ ਨੇ ਤਾਂ ਆਪਾਂ ਨੂੰ ਵੋਟ ਨਹੀਂ ਪਾਈ ਅਸੀਂ ਆਪਦੇ ਦਮ 'ਤੇ ਜਿੱਤਿਆਂਗੇ ਫਿਰ ਕੀ ਕਰਾਂਗੇ ਇਹਨਾਂ ਨੂੰ ਵੋਟ ਪਾ ਕੇ ਅਸੀਂ ਨਹੀਂ ਹੁਣ ਤਾਂ ਉਹਨਾਂ ਦਾ ਗੱਠਜੋੜ ਹੋ ਗਿਆ ਨਾ ਗੱਠਜੋੜ ਬੇਸ਼ੱਕ ਹੋ ਗਿਆ ਲੇਕਿਨ ਅਜੇ ਵੀ ਨਹੀਂ ਮੰਨਦੇ ਉਹ ਵੋਟ ਜੋੜ ਕਰਿਆ ਇਹਨਾਂ ਨੇ ਵੋਟਾਂ ਨਹੀਂ ਮੰਨਦੇ ਹੋ ਰਿਹਾ ਹੋਰ ਕੋਈ ਗੱਠਜੋੜ ਤਾਂ ਸਾਡੇ ਦੋ ਦੋ ਕਰਮਾ ਬਾੜੇ ਮਿਲੇ ਹੋਏ ਨੇ ਸਾਨੂੰ ਸਾਡੇ ਬਜ਼ੁਰਗਾਂ ਨੂੰ ਉਹ ਵੀ ਸਾਤੋਂ ਖੋਹਣ ਨੂੰ ਫਿਰਦੇ ਨੇ ਅਸੀਂ ਰੂੜੀ ਬਾੜੇ ਕਿੱਥੇ ਲਾਵਾਂਗੇ ਅਸੀਂ ਗੋਹਾ ਕਿੱਥੇ ਪੱਥਾਂਗੇ ਹੋਰ ਤਾਂ ਸਾਨੂੰ 5 ਮਰਲੇ ਦਾ ਪਲਾਟ ਤਾਂ ਕੀ ਸਾਨੂੰ 2 ਮਰਲੇ ਵੀ ਨਹੀਂ ਦਿੱਤਾ ਕੱਟ ਕੇ ਧਰਮਸੋਤ ਨੇ ਉਹ ਵੀ ਉਹ ਪੰਚਾਇਤ ਵਾਲੇ ਕਾਗਜ਼ ਇਕੱਠੇ ਕਰਕੇ ਲੈ ਗਏ ਜੀ ਕਹਿੰਦੇ ਵੀਡੀਓ ਦਫ਼ਤਰ 'ਚ ਉਹ ਵੀ ਜਿਹੜੇ 2 ਮਰਲਿਆਂ ਦੀ ਜਗ੍ਹਾ ਦਿੱਤੀ ਸੀ ਕਾਰਡ ਦਿੱਤੇ ਤੇ ਉਹ ਫਾਰਮ ਜੇ ਉਹ ਵੀ ਪੰਚਾਇਤ ਲਈ ਇਕੱਠੇ ਕਰਕੇ ਵੀ ਉਹਦੇ ਵੀਡੀਓ ਸਾਹਿਬ ਦੇ ਉਹ ਕਰਨਾ ਜਮ੍ਹਾਂ ਕਰਾਉਣੇ ਨੇ ਹਾਂ ਗੁੱਸਾ ਸਾਨੂੰ ਅੱਗੇ ਮਾਰਨ ਆਉਂਦੇ ਨੇ ਅਸੀਂ ਲੀਡਰਾਂ ਕੋਲੇ ਵੀ ਕੀ ਕਰਾਂਗੇ ਜਾ ਕੇ ਨੇ ਅਸੀਂ ਪੰਚਾਇਤ ਬਣਾ ਕੇ ਕੀ ਕਰਾਂਗੇ ਜਦ ਸਾਡਾ ਕੋਈ ਵਿਕਾਸ ਹੀ ਨਹੀਂ ਹੋ ਰਿਹਾ ਗੱਲ ਕਰਾਂਗੇ ਬੋੜਾ ਖੁਰਦ ਪਿੰਡ ਦੀਆਂ ਮਾਈਆਂ ਕਾਫੀ ਵੱਡੀ ਗਿਣਤੀ ਦੇ ਵਿੱਚ ਖੜੀਆਂ ਨੇ ਇਹਨਾਂ ਦਾ ਕੀ ਕਹਿਣਾ ਹੈ ਬੀਬੀ ਜੀ ਜਿਸ ਤਰ੍ਹਾਂ ਚੋਣਾਂ ਦਾ ਮੌਸਮ ਹੈ ਵਕਤ ਚੱਲ ਰਿਹਾ ਪਾਰਟੀਆਂ ਵੱਖ ਵੱਖ ਦਾਅਵੇ ਕਰ ਰਹੀਆਂ ਨੇ ਇੱਕ ਪਾਰਟੀ ਕਹਿ ਰਹੀ ਹੈ 1000 ਰੁਪਇਆ ਦੇਵਾਂਗੇ ਔਰਤਾਂ ਨੂੰ ਕਿ ਆਪਣੇ ਅਕਾਲੀ ਦਲ ਕਹਿ ਰਿਹਾ ਕਿ 2000 ਦੇਵਾਂਗੇ ਉਹਨਾਂ ਨੇ 3100 ਵੀ ਕਰਤਾ ਕਾਂਗਰਸ ਕਹਿੰਦੀ 2000 ਰੁਪਈਆ ਕੁੜੀਆਂ ਨੂੰ ਪੜ੍ਹਨ ਵਾਲੀ ਨੂੰ ਕਹਿੰਦੇ ਸਕੂਟਰੀਆਂ ਵੀ ਦੇਵਾਂਗੇ ਗਰੀਬਾਂ ਨੂੰ ਕਹਿੰਦੇ ਪੱਕੇ ਮਕਾਨ ਦੇਵਾਂਗੇ ਕੋਈ ਨਹੀਂ ਕਿਸੇ ਦਾ ਪੱਕਾ ਕਰਦਾ
अकाली दल ने कहा भी असीं 3100 रुपया देवांगे जी सानूं लोड़ नहीं हैगी अगे सानूं किन्ने कदे पैसे नहीं ना ओह तां कह रहे ने कहिंदे 3100 रुपया कांग्रेस वाले कह रहे ने भी स्कूटरियां देंगे थोड़ियां धीयां नूं जदों जे असीं लोड़ नहीं स्कूटरियां दी जी अच्छा काहे लोड़ नहीं तक बणिया नहीं पाणगे झाड़ू नूं पावांगे ठीक है तुसीं जानी झाड़ू नूं वोट पाओगे पहला 21000 रुपया सी शगन स्कीम गरीब परिवारां दे धीयां वास्ते हुण इन्हां ने 51000 रुपया करिया फिर 51000 ठीक नहीं ठीक आ वीरे फिर जे ठीक है फिर नाले तुसी कह रहे हो झाड़ू नूं वोट पावांगे नहीं फिर जिहड़ी सरकार 51000 दे रही है पहला बादलां वेले 21000 रुपया सी उन्होंने भी शुरू करी सी श्रोमणी अकाली दल ने गरीबां शगन स्कीम शुरू करी सी नहीं उन्होंने 21000 शुरू करी सी फिर उस तो बाद 51000 रुपया हुण चन्नी सरकार ने कांग्रेस ने करी है नहीं वीर जी वादे तो मुकर जांदे ने वादा नहीं पूर्ण होंदे झाड़ू नूं देखांगे हुण असीं ते जे मान लो झाड़ू वाले मुकर के फिर नहीं नहीं जो मुकर जांदे फिर की हो जांदे फिर करू कहना पवे तो आप ही खा जांदे ने सानूं कहड़े आउंदे ने पैसे भाई नहीं जे झाड़ू मेरा सवाल है भी जिवें दो सरकारां तुसीं कहंदे हो भी अकाली भी मुकर गए कांग्रेसी भी जे झाड़ू वाला भी मुकर गया फिर कित्थे ओह पौंदा देख लांगे पाछा देर देख लांगे तुहाडे कणक दाल जिहड़ी आउंदी है गरीब परिवारां वास्ते विधवा औरतां ने उहनां नूं पेंशन नहीं मिलदी उहनां नूं आटा दाल भी नहीं मिलदा कणक नहीं मिलदी ना जी ਤੁਸੀਂ ਕਦੇ ਸ਼ਿਕਾਇਤ ਨਹੀਂ ਕਰੀ ਕਿਸੇ ਨੂੰ ਕਰਦੇ ਤਾਂ ਬਥੇਰੀਆਂ ਜੀ ਸਾਡੀ ਸੁਣਦੇ ਹੀ ਨਹੀਂ ਹੈਗੇ ਤੁਹਾਡੇ ਇਥੋਂ ਐਮਐਲਏ ਕੌਣ ਹੈ ਇਸ ਟਾਈਮ ਮੰਤਰੀ ਕੌਣ ਹੈ ਨਾਭੇ ਤੋਂ ਨਾਭੇ ਤੋਂ ਭਾਈ ਧਰਮਸੋਤ ਠੀਕ ਹੈ ਉਹ ਨਹੀਂ ਕਦੀ ਇੱਥੇ ਆਏ ਕੁਛ ਨਹੀਂ ਕਰਿਆ ਜੀ ਨਾ ਜੀ ਉਹ ਤਾਂ ਨਜੀਫੇ ਵੀ ਮੁੱਕਰ ਗਿਆ ਜੀ ਜਿਵਾਖਾਂ ਦੇ ਜਿਹੜੇ ਨਜੀਫੇ ਲੱਗੇ ਹੋਏ ਤੇ ਨਾ ਉਹ ਵੀ ਮੁੱਕਰ ਗਏ ਜਿਹੜੇ ਮਾਰੇ ਹੀ ਆ ਧਰਮਸੋਤ ਲਵੇ ਜੀ ਅਸੀਂ झाड़ू पार्टी तो बनी हुई है जिस तरह इथो साधु सिंह धर्मसोत ने अपने दलित परिवार ने इथे ਉਹ ਸਪੈਸ਼ਲ ਦਲਿਤਾਂ ਵਾਸਤੇ ਖੜੇ ਸਨ ਤੇ ਜਿੱਤੇ ਵੀ ਸਨ ਫਿਰ ਉਹਨਾਂ ਨੇ ਗਰੀਬਾਂ ਵਾਸਤੇ ਕੁਝ ਨਹੀਂ ਕਰਿਆ ਸਾਡੇ ਵਾਸਤੇ ਨਹੀਂ ਸੋਚਿਆ ਕੁਛ ਉਹਨੇ ਠੀਕ ਹੈ ਇੱਥੇ ਨਾਭੇ ਤੋਂ ਅਕਾਲੀ ਦਲ ਦੇ ਕਬੀਰ ਦਾਸ ਖੜੇ ਨੇ ਤੇ ਝਾੜੂ ਵੱਲੋਂ ਦੇਵਮਾਨ ਖੜੇ ਨੇ ਸਾਧੂ ਸਿੰਘ ਧਰਮਸੋਤ ਖੜੇ ਨੇ ਜੀ ਜਿਹਨੂੰ ਖੜਨਾ ਹੈ ਇਸਦਾ ਵਿੱਚ ਝਾੜੂ ਨੂੰ ਪਾਵਾਂਗੇ ਵੋਟ ਛੱਡ ਲਵਾਂਗੇ ਸਿੱਧੀ ਗੱਲ ਆ ਧਰਮਸੋਤ ਪਹਿਲਾਂ ਕਿਹਨੂੰ ਆ ਕੇ ਨਹੀਂ ਗਿਆ ਕਈ ਵਾਰੀ ਆ ਗਿਆ ਉਸ ਨਹੀਂ ਸਾਡਾ ਬਣਾਇਆ ਹਾਂ 5 ਸਾਲ ਝਾੜੂ ਨੂੰ ਦੇਖਾਂਗੇ ਨਾ ਸਾਡਾ ਕਾਲੀਆਂ ਨੇ ਕੁਝ ਬਣਾਇਆ ਨਾ ਕਾਂਗਰਸ ਨੇ ਬਣਾਇਆ ਅਸੀਂ ਤਾਂ 5 ਸਾਲ ਹੁਣ ਝਾੜੂ ਨੂੰ ਦੇਖਾਂਗੇ ਝਾੜੂ ਨੂੰ ਠੀਕ ਹੈ ਇੱਥੇ ਵੱਡੀ ਗਿਣਤੀ 'ਚ ਲੋਕ ਖੜੇ ਨੇ ਆਪਾਂ ਇਹਨਾਂ ਨੂੰ ਪੁੱਛਾਂਗੇ ਬਾਈ ਜੀ ਨਾਮ ਕੀ ਹੈ ਚਮਕੌਰ ਸਿੰਘ ਜੀ ਚਮਕੌਰ ਸਿੰਘ ਜੀ ਤੁਹਾਡੇ ਪਿੰਡ ਵਿੱਚ ਕੀ ਮੁਸ਼ਕਲਾਂ ਨੇ ਸਾਡੇ ਪਿੰਡ 'ਚ ਮੁਸ਼ਕਲਾਂ ਤਾਂ ਬਹੁਤ ਨੇ ਜੀ ਬੇਰੁਜ਼ਗਾਰੀ ਬਹੁਤ ਆ ਗਈ ਅੱਛਾ ਇੱਕ ਸਾਡੇ ਪਿੰਡ 'ਚ ਨਸ਼ਾ ਬਹੁਤ ਹੋ ਰਿਹਾ ਜੀ ਅੱਛਾ ਬੇਰੁਜ਼ਗਾਰ ਮੁੰਡੇ ਨੇ ਨਸ਼ੇ 'ਤੇ ਨੂੰ ਲੱਗ ਰਹੇ ਨੇ ਜ਼ਿਆਦੇ ਇਹਦੇ ਕਰਕੇ ਜੀ ਸਰਕਾਰ ਨੇ ਕੁਛ ਕਰਿਆ ਹੀ ਨਹੀਂ ਹੈਗਾ ਹੁਣ ਤਾਂ ਜੀ ਅੱਛਾ ਹਾਂ ਜੀ ਅਤੇ ਜੇਕਰ ਸਰਕਾਰ ਦੀ ਗੱਲ ਕਰੀ ਜਾਵੇ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਦੀ ਸਰਕਾਰ ਆਸਦੀ ਆਉਣ ਵਾਲੇ ਸਮੇਂ 'ਚ ਇਸ ਟਾਈਮ ਝਾੜੂ ਦੀ ਆਊਗੀ ਜੀ ਇਸ ਟਾਈਮ ਤੁਹਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਕਬੀਰ ਦਾਸ ਜੀ ਉਹਨਾਂ ਦੇ ਧਰਮ ਸਪਤ ਨਹੀਂ ਗਏ ਨੇ ਤੁਸੀਂ ਉਹਨਾਂ ਮੂਹਰੇ ਕੀ ਮੰਗ ਰੱਖੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਨਹੀਂ ਦੇਵੋਗੇ ਨਹੀਂ ਜੀ ਅਸੀਂ ਤਾਂ ਝਾੜੂ ਨੂੰ ਸਮਰਥਨ ਦੇਵਾਂਗੇ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਪ੍ਰੇਮ ਸਿੰਘ ਹੈ ਜੀ ਪ੍ਰੇਮ ਸਿੰਘ ਜੀ ਕੀ ਮੁਸ਼ਕਲਾਂ ਨੇ ਤੁਹਾਡੀਆਂ ਲੀਡਰ ਜਿਹੜੇ ਨੇ ਜਿਹੜੇ ਪਹਿਲਾਂ ਨੇ ਇਸ ਟਾਈਮ ਉਹ ਕਿਹੜੇ ਨੇ ਇੱਥੋਂ ਨਾਭੇ ਤੋਂ ਆਪਣੇ ਜੀ ਧਰਮਸੋਤ ਜੀ ਠੀਕ ਹੈ ਉਹ ਤੁਸੀਂ ਕਿੰਨੀਆਂ ਕੁ ਮੰਗਾਂ ਨੇ ਜਿਹੜੀਆਂ ਤੁਹਾਡੀਆਂ ਪੂਰੀਆਂ ਹੋ ਗਈਆਂ ਨੇ ਵਿਕਾਸ ਕਿੰਨਾ ਕੁ ਹੈ ਕੋਈ ਮੰਗ ਨਹੀਂ ਪੂਰੀ ਹੋਈ ਜੀ ਸਭ ਫਲੋਡ ਹੈ ਬਿਲਕੁਲ ਵੀ ਕੋਈ ਮੰਗ ਨਹੀਂ ਪੂਰੀ ਕਰੀ ਇਹਨਾਂ ਨੇ ਜੀ ਅਤੇ ਅਸੀਂ ਤਾਂ ਹੁਣ ਆਸ ਲਾਈ ਬੈਠਿਆ ਝਾੜੂ 'ਤੇ ਜੀ ਝਾੜੂ ਨੂੰ ਵੋਟ ਪਾਵਾਂਗੇ ਸਾਰੇ
ਨਹੀਂ ਉਹਨਾਂ ਨੇ ਕਿਹਾ ਚਰਨਜੀਤ ਚੰਨੀ ਜੀ ਨੇ ਉਹ ਲਗਾਤਾਰ ਆਪਣੇ ਦੌਰੇ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਪੰਜਾਬ ਵਿਕਾਸ ਕਰ ਰਿਹਾ ਜ਼ਬਰਦਸਤ ਲੋਕਾਂ ਨੂੰ ਬਿਜਲੀ ਦੇ ਬਿੱਲ ਗਰੀਬਾਂ ਨੂੰ ਖਾਸ ਕਰਕੇ ਮਾਫ਼ ਕੀਤੇ ਗਏ ਨੇ ਆਟਾ ਦਾਲ ਸਕੀਮ ਹੈ ਇਸ ਤੋਂ ਇਲਾਵਾ 51,000 ਦੀ ਸਕੀਮ ਹੈ ਆਉਣ ਵਾਲੇ ਟਾਈਮ 'ਚ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕਿਹਾ ਵੀ ਅਸੀਂ ਸਕੂਟਰੀ ਵੀ ਦੇਵਾਂਗੇ ਬਿਜਲੀ ਵੀ ਆਪਣੇ ਇਹਨਾਂ ਕੁੜੀਆਂ ਨੂੰ ਕਹਿਣ ਨੂੰ ਤਾਂ ਸਰ 100,000 ਰੁਪਇਆ ਵੀ ਕਹਿ ਸਕਦੇ ਨੇ ਇਹ ਕਹਿਣ ਤਾਂ ਮਿਲਦਾ ਤਾਂ ਹੈ ਨਹੀਂ ਕਿਸੇ ਨੂੰ ਜਦੋਂ ਕਿਸੇ ਨੂੰ ਮਿਲੂਗਾ ਫਿਰ ਦੇਖਾਂਗੇ ਜੀ ਫਿਲਹਾਲ ਤਾਂ ਅੱਜ ਤੱਕ ਕਿਸੇ ਨੂੰ ਕੁਛ ਨਹੀਂ ਮਿਲਿਆ ਜੀ ਠੀਕ ਹੈ ਨਾ ਹੀ ਦੇ ਰਹੇ ਨੇ ਅੱਛਾ ਬਾਈ ਨਾਮ ਕੀ ਤੁਹਾਡਾ ਸਿਕੰਦਰ ਸਿੰਘ ਹੈ ਜੀ ਸਿਕੰਦਰ ਸਿੰਘ ਜੀ ਤੁਹਾਡੇ ਹਿਸਾਬ ਨਾਲ ਨਾਭਾ ਹਲਕੇ ਤੋਂ ਜੇ ਗੱਲ ਕੀਤੀ ਜਾਵੇ ਕਿਹੜਾ ਉਮੀਦਵਾਰ ਜਿੱਤ ਸਕਦਾ ਸਾਡੇ ਬਾਈ ਜੀ ਝਾੜੂ ਦਾ ਜ਼ੋਰ ਹੈ ਜੀ ਬਹੁਤ ਜ਼ਿਆਦਾ ਸਾਡੇ ਨਾਭੇ ਦੇ ਵਿੱਚ ਦੇਵ ਮਾਨ ਜੀ ਆਉਣਗੇ ਠੀਕ ਹੈ ਹਾਂ ਜੀ ਅੱਜ ਜਿਵੇਂ ਹੁਣੇ ਆਪਾਂ ਲਾਈਵ ਕੈਮਰੇ ਦੇ ਉੱਪਰ ਦਿਖਾਇਆ ਸਾਰਾ ਕੁਝ ਇੱਥੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗਏ ਨੇ ਮੈਡਮ ਗਏ ਨੇ ਤੁਸੀਂ ਉਹਨਾਂ ਦੇ ਅੱਗੇ ਨਹੀਂ ਕੋਈ ਮੰਗ ਰੱਖੀ ਹੈਗੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨੂੰ ਸਮਰਥਨ ਕਿਉਂ ਨਹੀਂ ਦੇਣਾ ਚਾਹੁੰਦੇ ਉਹਨਾਂ ਨੂੰ ਮੰਗਾਂ ਤਾਂ ਬਹੁਤ ਦਿੱਤੀਆਂ ਹੋਈਆਂ ਨੇ ਜੀ ਪਹਿਲਾਂ ਉਹਨਾਂ ਨੇ ਕੋਈ ਸਾਡੇ ਪੂਰਾ ਨਹੀਂ ਕਰਿਆ ਜੀ ਕੰਮ ਗਰੀਬਾਂ ਬਾਰੇ ਤਾਂ ਕੁਝ ਸੋਚਿਆ ਹੀ ਨਹੀਂ ਜੀ ਉਹਨਾਂ ਨੇ ਅਕਾਲੀ ਦਲ ਨਹੀਂ ਕਰੇ ਪਹਿਲਾਂ ਨਾ ਜੀ ਅਕਾਲੀ ਦਲ ਨੇ ਨਾ ਕਿਸੇ ਨੇ ਕਾਂਗਰਸ ਵਾਲਿਆਂ ਨੇ ਨਹੀਂ ਅਕਾਲੀ ਦਲ ਨੇ 21,000 ਸ਼ਗਨ ਸਕੀਮ ਧੀਆਂ ਇਕੱਲੀ ਸ਼ਗਨ ਸਕੀਮ ਨੂੰ ਕੀ ਕਰਾਂਗੇ ਸਾਡੇ ਬੱਚੇ ਨਿੱਕੇ ਨਿੱਕੇ ਦਾ ਭਵਿੱਖ ਹੈ ਜਿਹੜਾ ਸਾਡਾ ਬਹੁਤ ਬੁਰਾ ਹਾਲ ਹੋ ਰਿਹਾ ਜੀ ਅਸੀਂ ਕਹਿੰਦੇ ਹਾਂ ਵੀ ਮੁਫ਼ਤ ਸਾਡੀ ਪੜ੍ਹਾਈ ਹੋਵੇ ਰੁਜ਼ਗਾਰ ਆ ਸਾਨੂੰ ਉਰੇ ਮਿਲੇ ਬਾਹਰ ਜਾਣ ਦੀ ਸਾਨੂੰ ਲੋੜ ਨਾ ਪਵੇ ਜੀ ਜੇ ਬੜੇ ਸਕੂਲ ਹੋਣ ਵਧੀਆ ਮਤਲਬ ਪੜ੍ਹਾਈ ਹੋਣੀ ਚਾਹੀਦੀ ਜੀ ਸਾਡੀ ਅਸੀਂ ਇਹ ਸਾਰੇ ਨੌਜਵਾਨ ਜਿੰਨੇ ਵੀ ਮੇਰੇ ਵੀਰ ਖੜੇ ਨੇ ਨਗਰ ਖੜਾ ਸਾਡੇ ਅਸੀਂ ਸਾਰੇ ਝਾੜੂ ਨੂੰ ਸਰਮਤ ਦੇਵਾਂਗੇ ਜੀ ਨਾਭੇ ਦੇ ਵਿੱਚੋਂ ਪਹਿਲੇ ਨੰਬਰ 'ਤੇ ਲੈ ਕੇ ਆਵਾਂਗੇ ਜੀ ਇਹਨਾਂ ਨੇ ਕਿ ਇੱਥੇ ਨਗਰ ਖੜਾ ਇੱਥੇ ਲੋਕ ਵੈਸੇ ਵੱਡੀ ਗਿਣਤੀ 'ਚ ਖੜੇ ਨੇ ਬਾਈ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮਲਕੀਤ ਸਿੰਘ ਜੀ ਮਲਕੀਤ ਸਿੰਘ ਜਿਵੇਂ ਇੱਥੇ ਤੁਹਾਡੇ ਇਸ ਅਸੀਂ ਜਿਹੜੇ ਪਰਿਵਾਰ ਨੇ ਬਾਹਰਲੇ ਪਾਸੇ ਮਜ਼ਦੂਰਾਂ ਦੇ ਪਰਿਵਾਰ ਨੇਗੇ ਕੀ ਕਹਿਣਾ ਚਾਹੋਗੇ ਇਸ ਵਕਤ ਜਿਹੜੀ ਸਰਕਾਰ ਹੈ ਜਿਵੇਂ ਚੰਨੀ ਸਰਕਾਰ ਹੈ ਉਹ ਲਗਾਤਾਰ ਕਾਫੀ ਜ਼ੋਰ ਲਾ ਰਹੀ ਹੈ ਕਿ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਨੇ ਲੋਕਾਂ ਨੂੰ ਸਰ ਸਾਨੂੰ ਕਿਸੇ ਸਹੂਲਤ ਦੀ ਲੋੜ ਜਿਹੜੇ ਸਾਡੇ ਪੜ੍ਹੇ ਲਿਖੇ ਮੁੰਡੇ ਫਿਰਦੇ ਨੇ ਇਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਠੀਕ ਹੈ ਜੀ ਇਹ ਕੰਮ ਕਰਨ ਸਾਨੂੰ ਕੀ ਲੋੜ ਆ ਕਣਕ ਆਟੇ ਦਾਲ ਦੀ ਸਾਨੂੰ ਤਾਂ ਲੋੜ ਨਹੀਂ ਹੈਗੀ ਜਦ ਇੱਕ ਪਰਿਵਾਰ ਦੇ ਵਿੱਚੋਂ 5 ਜੀਅ ਮਾਲਾ ਕੰਮ ਕਰਨਗੇ ਮਹੀਨੇ ਦਾ ਜਾਂ 20,000 ਰੁਪਇਆ ਕਮਾ ਦੇਣਗੇ ਉਹ 100,000 ਰੁਪਇਆ ਕਮਾ ਕੇ ਲਾਉਣਗੇ ਸਾਨੂੰ ਕਣਕ ਦਾਲ ਦੀ ਕੀ ਲੋੜ ਆ ਸਾਨੂੰ ਤਾਂ ਯੂਨਿਟਾਂ ਦੀ ਵੀ ਲੋੜ ਨਹੀਂ ਹੈਗੀ ਦਾਲ ਜੀ ਅਸੀਂ ਉਹ ਦੇ ਦਿਆ ਕਰਾਂਗੇ ਸਰਕਾਰ ਨੂੰ ਕਣਕ ਦਾਲ ਜੇ ਸਾਨੂੰ ਰੁਜ਼ਗਾਰ ਤਾਂ ਦੇਣ ਨਾ ਹਾਂ ਜਾਨੀ ਤੁਸੀਂ ਇੱਕ ਗਰੀਬ ਹੋ ਤੁਸੀਂ ਮਜ਼ਦੂਰ ਹੋ ਉਸ ਦੇ ਬਾਵਜੂਦ ਤੁਸੀਂ ਕਹਿ ਰਹੇ ਸਾਨੂੰ ਆਟੇ ਦਾਲ ਦੀ ਲੋੜ ਨਹੀਂ ਸਰਕਾਰ ਸਾਨੂੰ ਜ਼ਰੂਰਤ ਨਹੀਂ ਹੈਗੀ ਸਾਨੂੰ ਕਿਉਂਕਿ ਇਹਨਾਂ ਨੇ ਇਹ ਚਾਰਟ ਤੇ ਲਾ ਰੱਖਿਆ ਵੀ ਸਾਨੂੰ ਆਟਾ ਦਾਲ ਸਕੀਮ ਦੇ ਰਹੇ ਹਾਂ ਜਿਹੜੇ ਤਕੜੇ ਵਰਗ ਦੇ ਲੋਕ ਨੇ ਉਹ ਸਾਨੂੰ ਸਾਡੇ ਤੇ ਇਹੀ ਚੀਜ਼ ਦਾ ਦਬਾਅ ਪਾਉਂਦੇ ਨੇ ਜਦ ਵੀ ਆਉਂਦੇ ਨੇ ਇਲੈਕਸ਼ਨਾਂ ਮੌਕੇ ਉਦੋਂ ਪਹਿਲਾਂ ਕੋਈ ਨਹੀਂ ਆ ਕੇ ਖੜਦਾ ਵੀ ਸਾਨੂੰ ਆਟਾ ਦਾਲ ਸਕੀਮ ਦਿੰਦੇ ਹਾਂ ਅਸੀਂ ਕਿਉਂਕਿ ਸਾਰਿਆਂ ਦੇ ਇਹੀ ਚੀਜ਼ ਰੜਕਦੀ ਹੈ ਵੀ ਇਹਨਾਂ ਨੂੰ ਆਟਾ ਦਾਲ ਸਕੀਮ ਦੇ ਰਹੇ ਹਾਂ ਅਸੀਂ ਕਿਉਂ ਅਸੀਂ ਇਹ ਚੀਜ਼ ਨੂੰ ਬੰਦ ਕਰਾਉਣਾ ਚਾਹੁੰਦੇ ਹਾਂ ਵੀ ਇਹ ਚੀਜ਼ ਬੰਦ ਹੋ ਜੇ ਸਾਨੂੰ ਰੁਜ਼ਗਾਰ ਮਿਲੇ ਸਾਨੂੰ ਤਾਂ ਤਨਖਾਹਾਂ ਮਿਲਣ ਹੈ ਸਾਨੂੰ ਕੀ ਜ਼ਰੂਰਤ ਆ ਕਿਸੇ ਦੇ ਟੁਕੜਿਆਂ 'ਤੇ ਪਾਲਣ ਦੀ ਜਿਸ ਤਰ੍ਹਾਂ ਜਦੋਂ ਗਰੀਬਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਉਸ ਆਵਾਜ਼ ਨੂੰ ਚੁੱਕਣ ਵਾਸਤੇ ਬਾਬੂ ਕਾਂਸੀ ਰਾਮ ਜੀ ਆਏ ਹਾਂਜੀ ਅੰਬੇਡਕਰ ਜੀ ਦੀ ਸੋਚ ਨੂੰ ਅੱਗੇ ਵਧਾਇਆ ਮਾਇਆਵਤੀ ਜੀ ਇਹਨਾਂ ਨੇ ਹੁਣ ਗੱਠਜੋੜ ਕਰਿਆ ਤੁਸੀਂ ਆਪਣੇ ਬਸਪਾ ਨੂੰ ਵੀ ਸਮਰਥਨ ਨਹੀਂ ਦਿਓਗੇ ਨਹੀਂ ਜੀ ਦੇਵਾਂਗੇ ਬਸਪਾ ਕਿਉਂਕਿ ਇਹ ਜਿਹੜਾ ਅਕਾਲੀ ਦਲ ਆ ਬਸਪਾ ਦੀ ਵੋਟ ਨੂੰ ਉਹ ਮੰਨਦੇ ਹੀ ਨਹੀਂ ਹੈਗਾ ਮੇਰੇ ਤਾਂ ਖੁਦ ਪਰਚਾ ਪਿਆ ਹੋਇਆ ਸੀਗਾ ਅਸੀਂ ਨੇ 35 ਪਿੰਡਾਂ ਦੇ ਵਿੱਚ ਜਾ ਕੇ ਆਪਦੇ ਵਰਕਰਾਂ ਨੂੰ ਕਿਹਾ ਵੀ ਅਕਾਲੀ ਦਲ ਨੂੰ ਸਪੋਰਟ ਕਰੋ ਅਕਾਲੀ ਦਲ ਨੂੰ ਸਪੋਰਟ ਕਰੀ ਜਿਸ ਦਿਨ ਮਾਨੀ ਜਿੱਤਿਆ ਉਸ ਦਿਨ ਇਹਨਾਂ ਨੇ ਕਹਿ ਦਿੱਤਾ ਸੀ ਇਹ ਹਾਥੀ ਵਾਲੇ ਨੇ ਇਹਨਾਂ ਨੇ ਤਾਂ ਆਪਾਂ ਨੂੰ ਵੋਟ ਨਹੀਂ ਪਾਈ ਅਸੀਂ ਆਪਦੇ ਦਮ 'ਤੇ ਜਿੱਤਿਆਂਗੇ ਫਿਰ ਕੀ ਕਰਾਂਗੇ ਇਹਨਾਂ ਨੂੰ ਵੋਟ ਪਾ ਕੇ ਅਸੀਂ ਨਹੀਂ ਹੁਣ ਤਾਂ ਉਹਨਾਂ ਦਾ ਗੱਠਜੋੜ ਹੋ ਗਿਆ ਗੱਠਜੋੜ ਬੇਸ਼ੱਕ ਹੋ ਗਿਆ ਲੇਕਿਨ ਅਜੇ ਵੀ ਨਹੀਂ ਮੰਨਦੇ ਉਹ ਵੋਟ ਕਰਿਆ ਜੀ ਇਹਨਾਂ ਨੇ ਵੋਟਾਂ ਨਹੀਂ ਮੰਨਦੇ ਉਹ ਹੋਰ ਕੋਈ ਗੱਠਜੋੜ ਵਾਲੀ ਗੱਲ ਨਹੀਂ ਜੀ ਅੱਛਾ ਇਹਨੇ ਤਾਂ ਹੁਣ ਬੱਚਾ ਕੋਈ ਐਡਾ ਬੜਾ ਪਾਗਲ ਨਹੀਂ ਨੌਜਵਾਨ ਖੜੇ ਨੇ ਸਾਡੇ ਪਿੰਡ ਦੇ ਵਿੱਚ ਲਾ ਲਓ ਜੀ ਕਿੰਨੀਆਂ ਸਰਕਾਰਾਂ ਆ ਕੇ ਬਾਗੀਆਂ ਅਜੇ ਤੱਕ ਸਾਡੇ ਨਾਲੀਆਂ ਗਲੀ ਨਹੀਂ ਲੋਟ ਆਈਆਂ ਹੈਗੀਆਂ ਇਹੀ ਨਹੀਂ ਪ੍ਰੋਪਰ ਸਹੀ ਤਰੀਕੇ ਨਾਲ ਬਣ ਰਹੀਆਂ ਹੈਗੀਆਂ ਠੀਕ ਹੈ ਤੇ ਇਸ ਤੋਂ ਇਲਾਵਾ ਜਿਵੇਂ ਇੱਥੇ ਕਾਫੀ ਵੱਡੀ ਗਿਣਤੀ ਸਾਨੂੰ ਔਰਤਾਂ ਮਿਲੀਆਂ ਨੇ ਉਹ ਕੀ ਕਹਿੰਦੇ ਨੇ ਵੀ ਸਾਨੂੰ ਆਟਾ ਦਾਲ ਵੀ ਨਹੀਂ ਮਿਲਦਾ ਵਿਧਵਾਵਾਂ ਨੂੰ ਜਿਹੜਾ ਭੱਤਾ ਨਹੀਂ ਮਿਲਦਾ ਹੈਗਾ ਪੈਨਸ਼ਨ ਨਹੀਂ ਮਿਲਦੀ ਘਰ ਜਿਹੜੇ ਨੇ ਕੱਚੇ ਮਕਾਨ ਨੇ ਬੋੜਾਂ ਖੁਰਦ ਪਿੰਡ ਦੇ ਵਿੱਚ ਹਾਂਜੀ ਹੈ ਜੀ ਕੱਚੇ ਮਕਾਨ ਨੇ ਜੀ ਇੱਥੇ ਰੁਜ਼ਗਾਰ ਹੀ ਨਹੀਂ ਕਿਸੇ ਵਰਕਰ ਨੂੰ ਮਿਲਿਆ ਹੋਇਆ ਤੁਸੀਂ ਪਿੰਡ ਦਾ ਸਰਵਾ ਕਰਕੇ ਦੇਖ ਲਓ ਜੇ ਤੁਹਾਨੂੰ ਵਿਹੜੇ ਦੇ ਵਿੱਚ 10 ਮੁਲਾਜ਼ਮ ਮਿਲ ਜਾਣ ਨਾ ਅਸੀਂ ਦੇਣਦਾਰ ਆਂਗੇ ਹਾਂ ਕਿੰਨੇ ਬੰਦੇ ਨੌਕਰੀ ਲੱਗੇ ਨੇ ਜਿਹੜਾ ਪਿਛਲੇ ਜੇ ਆਪਾਂ ਹੁਣ 4.5-5 ਸਾਲ ਦੇਖ ਲਈ 4.5-5 ਸਾਲ ਦੇ ਵਿੱਚ ਇੱਕ ਬੱਚਾ ਨੌਕਰੀ 'ਤੇ ਨਹੀਂ ਲੱਗਿਆ ਹੈਗਾ ਇੱਕ ਵੀ ਬੱਚਾ ਸਾਨੂੰ ਸਾਬਤ ਕਰਾ ਦੇਣ ਵੀ ਆਹ ਬੱਚੇ ਨੂੰ ਅਸੀਂ ਨੌਕਰੀ ਦਿੱਤੀ ਆ ਅਸੀਂ ਉਹਨਾਂ ਨੂੰ ਸਪੋਰਟ ਫੁੱਲ ਕਰਾਂਗੇ ਜੀ ਹਾਂ ਸਾਨੂੰ ਸਾਬਤ ਕਰਾਉਣ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਰੁਜ਼ਗਾਰ ਚਾਹੀਦਾ ਚਾਹੇ 4-5 ਹਜ਼ਾਰ ਮਿਲ ਜਾਵੇ ਅਸੀਂ ਆਟਾ ਦਾਲ ਨਹੀਂ ਲੈਣਾ ਚਾਹੁੰਦੇ ਇਹ ਗੱਲ ਨੂੰ ਤੁਸੀਂ ਕਿਸੇ ਪਾਰਟੀ ਦੇ ਪਿੱਛੇ ਲਾ ਕੇ ਤਾਂ ਨਹੀਂ ਕਹਿ ਰਹੇ ਜਾਂ ਨਹੀਂ ਪਾਰਟੀ ਦੇ ਪਿੱਛੇ ਲਾ ਕੇ ਨਹੀਂ ਕਹਿ ਰਹੇ ਇਹ
ਤੁਹਾਡੇ ਸ਼ਹਿਰ ਦੇ ਵਿੱਚ ਜਿਵੇਂ ਕਬੀਰ ਦਾਸ ਜੀ ਨੇ ਉਹ ਅਕਾਲੀ ਬਸਪਾ ਵੱਲੋਂ ਖੜੇ ਨੇ, ਹਾਂਜੀ, ਇਸ ਟਾਈਮ ਲਾਈਵ ਕੈਮਰੇ ਦੇ ਉੱਪਰ ਤੁਹਾਡੇ ਸਾਹਮਣੇ ਅੱਗੇ ਉਹ ਗਏ ਨੇ, ਹਾਂਜੀ, ਤੁਸੀਂ ਆਪਣੀਆਂ ਮੰਗਾਂ ਜਾਂ ਆਪਣੀਆਂ ਜਿਹੜੀਆਂ ਤਕਲੀਫਾਂ ਨੇ ਫਿਰ ਉਹਨਾਂ ਨਾਲ ਸਾਂਝੀਆਂ ਕਿਉਂ ਨਹੀਂ ਕਰੀਆਂ? ਜੇਕਰ ਤੁਹਾਨੂੰ ਗੱਲ ਕਹਿ ਕੇ ਤੁਰ ਜਾਂਦੇ ਨੇ ਜੀ ਵੀ ਅਸੀਂ ਸਾਡੀ ਸਰਕਾਰ ਨਹੀਂ ਬਣੀ, ਅਸੀਂ ਕੀ ਕਰੀਏ, ਅਸੀਂ ਬਾਹਰ ਕਰੀਏ, ਆਹ ਗੱਲ ਕਹਿ ਕੇ ਮੁੜ ਜਾਂਦੇ ਨੇ ਜੀ, ਸਾਨੂੰ ਕੋਈ ਅੱਜ ਮਤਲਬ ਠੋਕ ਨਹੀਂ ਮਿਲਿਆ। ਪੰਚਾਇਤ ਕਰੂਗੀ, ਅਸੀਂ ਧਰਮਸੋਤ ਕੋਲੇ ਗਏ, ਧਰਮਸੋਤ ਕੋਲੇ ਸਾਡੇ 15 ਗੇੜੇ ਲੱਗ ਗਏ, ਉਹ ਕਹਿੰਦੇ ਵੀ ਜੇ 5 ਬਿਸਵਿਆਂ ਦਾ 5 ਮਰਲਿਆਂ ਦਾ ਪਲਾਟ ਨਹੀਂ ਦਿੰਦਾ ਸਾਨੂੰ ਕੋਈ, ਵੀ 2 ਮਰਲਿਆਂ ਦਾ ਪਲਾਟ ਦੇਵਾਂਗੇ ਅਸੀਂ, 2 ਮਰਲਿਆਂ ਦੇ ਸਾਨੂੰ ਉਹ ਕਾਗਜ਼ ਸਮਾ ਗਏ, ਉਹ ਵੀ ਸਾਨੂੰ ਕਿਸੇ ਨੇ ਮਿਣ ਕੇ ਨਹੀਂ ਦਿੱਤਾ, ਅਸੀਂ ਕੀ ਕਰਾਂਗੇ ਫਿਰ ਕੇ? ਲੀਡਰਾਂ ਕੋਲੇ ਵੀ ਕੀ ਉਹ ਸਾਡੇ ਕੋਲ ਕਾਗਜ਼ ਰਹਿ ਗਏ ਲੇਕਿਨ ਸਾਡੇ ਕੋਲ ਪਲਾਟ ਨਹੀਂ ਆਏ ਹੈਗੇ। ਹਾਂ ਠੀਕ ਹੈ, ਤੇ ਇੱਥੇ ਜਿਸ ਤਰ੍ਹਾਂ ਕਹਿੰਦੇ ਨੇ ਮਾਈਆਂ ਕਹਿ ਰਹੇ ਨੇ, ਕਹਿੰਦੇ ਸਾਨੂੰ ਪਲਾਟ ਵੀ ਨਹੀਂ ਮਿਲੇ, ਨੌਕਰੀ ਵੀ ਨਹੀਂ, ਕਹਿੰਦੇ ਕੋਈ ਵੀ ਬੱਚਾ ਲੱਗਿਆ ਪਿਛਲੇ 4.5-5 ਸਾਲ ਦੇ ਵਿੱਚ, ਆਉਣ ਵਾਲੇ ਸਮੇਂ 'ਚ ਜੇਕਰ ਬਜ਼ੁਰਗਾਂ ਨੂੰ ਉਹ ਵੀ ਸਾਡੇ ਖੋਹਣ ਨੂੰ ਫਿਰਦੇ ਨੇ, ਅਸੀਂ ਰੂੜੀ ਬਾੜੇ ਕਿੱਥੇ ਲਾਵਾਂਗੇ, ਅਸੀਂ ਗੋਹਾ ਕਿੱਥੇ ਪੱਥਾਂਗੇ? ਹੋਰ ਤਾਂ ਸਾਨੂੰ 5 ਮਰਲੇ ਦਾ ਪਲਾਟ ਤਾਂ ਕੀ, ਸਾਨੂੰ 2 ਮਰਲੇ ਵੀ ਨਹੀਂ ਦਿੱਤਾ ਕੱਟ ਕੇ ਧਰਮਸੋਤ ਨੇ। ਪੰਚਾਇਤ ਵਾਲੇ ਕਾਗਜ਼ ਇਕੱਠੇ ਕਰਕੇ ਲੈ ਗਏ ਜੀ, ਕਹਿੰਦੇ ਵੀਡੀਓ ਦਫ਼ਤਰ 'ਚ ਉਹ ਵੀ ਜਿਹੜੇ 2 ਮਰਲਿਆਂ ਦੀ ਜਗ੍ਹਾ ਦਿੱਤੀ ਸੀ ਕਾਰਡ ਦਿੱਤੇ ਤੇ ਉਹ ਫਾਰਮ ਜੇ ਉਹ ਵੀ ਪੰਚਾਇਤ ਲਈ ਇਕੱਠੇ ਕਰਕੇ ਵੀ ਉਹਦੇ ਵੀਡੀਓ ਸਾਹਿਬ ਦੇ ਉਹ ਕਰਨਾ ਜਮ੍ਹਾਂ ਕਰਾਉਣੇ ਨੇ। ਹਾਂ ਤਾਂ ਸਾਨੂੰ ਅੱਗੇ ਮਾਰਨ ਆਉਂਦੇ ਨੇ, ਅਸੀਂ ਲੀਡਰਾਂ ਕੋਲੇ ਵੀ ਕੀ ਕਰਾਂਗੇ ਜਾ ਕੇ, ਨਹੀਂ ਅਸੀਂ ਪੰਚਾਇਤ ਬਣਾ ਕੇ ਕੀ ਕਰਾਂਗੇ ਜਾਂ ਸਾਡਾ ਕੋਈ ਵਿਕਾਸ ਹੀ ਨਹੀਂ ਹੋ ਰਿਹਾ। ਰਵਿਦਾਸ ਜੀ ਉਹਨਾਂ ਦਾ ਪ੍ਰਕਾਸ਼ ਪਰਵ ਵੀ ਮਨਾਇਆ ਜਾ ਰਿਹਾ ਹੈ ਤੇ ਇੱਥੇ ਕੁਛ ਮਾਈਆਂ ਨੇ, ਉਹਨਾਂ ਨੇ ਉਹ ਕਹਿ ਰਹੀਆਂ ਸਨ ਕਿ ਇੱਥੇ ਮੰਦਿਰ ਜਿਹੜਾ ਉਹ ਬਾਹਰ ਕੱਢ ਕੇ ਸਾਨੂੰ ਜਗ੍ਹਾ ਦਿੱਤੀ ਜਾਵੇ, ਉਹ ਵੀ ਜਗ੍ਹਾ ਵੀ ਕਹਿੰਦੇ ਤੇ ਵੀ ਦੇਵਾਂਗੇ, ਜਦ ਸਲਾਹ ਕੀਤੀ ਵਿਹੜੇ ਦੇ ਨੇ ਵੀ ਬਾਹਰ ਕੱਢਾਂਗੇ, ਉਹ ਵੀ ਮੁੱਕਰ ਗਏ, ਹੁਣ ਕਹਿੰਦੇ ਉਹ ਵੀ ਨਹੀਂ ਦਿੰਦੇ। ਮੁੱਕਰਿਆ ਕੌਣ ਹੈ? ਇਹ ਤਾਂ ਪੰਚਾਇਤ ਵਾਲਿਆਂ ਨੂੰ ਪਤਾ ਹੋਊ ਵੀ ਕੌਣ ਮੁੱਕਰੇ ਨੇ। ਇੱਕ ਜਗ੍ਹਾ ਤੇ ਖੜੋ, ਇੱਧਰ ਆ ਜਾਓ ਜੀ, ਬੱਚਿਆਂ ਨੂੰ ਇੱਥੇ ਕੁੜੀਆਂ ਕੱਤਰੀਆਂ ਗੋਹਾ ਪਾਉਂਦੀਆਂ ਨੇ, ਉਹ ਵੀ ਗੋਹਾ ਪਾ ਕੇ ਕਿੱਥੇ ਜਾਣਗੇ ਆਪਣੀਆਂ ਲੜਕੇ ਪੱਥਣ ਜੀ? ਇਹ ਕਹਿੰਦੇ ਨੇ ਵੀ ਇੱਥੇ ਅਸੀਂ ਮੰਦਿਰ ਬਣਾ ਦਈਏ, ਇਹ ਅਸੀਂ ਇਹਨਾਂ ਨੂੰ ਖੋਲੀਏ ਪੰਚਾਇਤ ਵਾਲੇ, ਅਸੀਂ ਕਿੱਥੇ ਜਾਵਾਂਗੇ, ਸਾਡੇ ਧੀਆਂ ਪੁੱਤਾਂ ਕਿੱਥੇ ਜਾਣਗੇ? ਪਹਿਲਾਂ ਤੁਸੀਂ ਇਹ ਸਮਝਾਓ। ਇਹ ਕਹਿੰਦੇ ਨੇ ਸਾਡਾ ਅਸੀਂ ਇਹੀ ਜੇ ਮੰਦਿਰ ਬਾਹਰ ਜਾਂਦਾ ਹੈ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਜਗ੍ਹਾ ਜਿਹੜੀਆਂ ਉਹ ਸਾਰੀਆਂ ਉਹ ਰੋਕ ਲਈ ਜਾਊਗੀ, ਇਹ ਰੋਕੀ ਜਾਊ ਜੀ। ਠੀਕ ਹਾਂਜੀ, ਹਾਂ ਕੋਈ ਵਿਕਾਸ ਨਹੀਂ ਸਾਡਾ ਹੋਇਆ, 45 ਸਾਲਾਂ 'ਚ ਅਸੀਂ ਇੱਕਣੇ ਫਿਰਦੇ ਹਾਂ। ਠੀਕ ਹੈ, ਹਾਂ ਚਲੋ ਠੀਕ ਹੈ, ਤੇ ਇੱਥੇ ਕਾਫੀ ਵੱਡੀ ਗਿਣਤੀ 'ਚ ਲੋਕ ਖੜੇ ਨੇ, ਆਪਾਂ ਇਹਨਾਂ ਦੀ ਗੱਲਬਾਤ ਜਾਣਨੀ ਚਾਹਾਂਗੇ। ਤੁਹਾਡੀ ਗੱਲ ਇਹ ਨਹੀਂ ਜਾਣਨੀ ਚਾਹਾਂਗੇ, ਪੰਜਾਬ ਦੇ ਵਿੱਚ ਤੁਹਾਨੂੰ ਕਿਹੜੀ ਸਰਕਾਰ ਬਣਦੀ ਲੱਗਦੀ ਹੈ? ਜਿਵੇਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਨੇ 1000 ਲਿਆਂਦੀ ਗਰੀਬਾਂ ਦੀ ਵਾਸਤੇ, ਕਾਂਗਰਸ ਸਰਕਾਰ ਨੇ 52000 ਲਿਆਂਦੀ, ਹੁਣ ਸਕੀਮਾਂ ਨੂੰ ਉਹਨੇ ਮਾਗਰੇ ਖਾ ਜਾਂਦੇ। ਠੀਕ ਹੈ, ਇੱਥੇ ਸੁਣੇ ਕੋਈ ਵੀ ਚੀਜ਼ ਆ ਜਾਏ ਪਿੰਡ ਦੇ ਵਿੱਚ ਉਹਦਾ ਮਗਰੇ ਨਹੀਂ। ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਮੈਨੂੰ ਹੁਣ ਇੱਕ ਵਾਰੀ ਮੌਕਾ ਦਿਓ, ਮੈਂ ਵਿਕਾਸ ਕਰਾਂਗਾ ਪੂਰਾ। ਜਿੱਥੇ ਕਹਿ ਸਕਦੇ ਕੌੜਾ ਖੁਰਦ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਸਪਾ, ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਇਸ ਦੇ ਨਾਲ ਨਾਲ ਕਾਂਗਰਸ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ, ਹੋਰ ਪਾਰਟੀਆਂ ਦੇ ਵੀ ਵੱਖ ਵੱਖ ਉਮੀਦਵਾਰ ਖੜ੍ਹੇ ਨੇ ਆਪਣੇ ਨਾਲ ਨੇ। ਇਸ ਟਾਈਮ ਨਾਭਾ ਤੋਂ ਸ਼੍ਰੋਮਣੀ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸ਼੍ਰੀ ਕਬੀਰ ਦਾਸ ਉਹਨਾਂ ਦੇ ਧਰਮ ਸੁਪਤਨੀ। ਮੈਡਮ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਲੋਕਾਂ ਵੱਲੋਂ, ਕਿਸ ਤਰ੍ਹਾਂ ਦਾ ਤੁਹਾਨੂੰ ਸਮਰਥਨ ਮਿਲ ਰਿਹਾ ਜੀ? ਬਹੁਤ ਵਧੀਆ ਮਿਲ ਰਿਹਾ ਸਾਨੂੰ ਜੀ। ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੇਲੇ ਪਹਿਲਾਂ ਸ਼ਗਨ ਸਕੀਮ ਸੀ ਉਸ ਨੂੰ ਸਹੀ ਸਮੇਂ 'ਤੇ ਨਹੀਂ ਦਿੱਤਾ ਗਿਆ ਗਰੀਬਾਂ ਦੁਆਰਾ, ਅੱਜ ਦੇ ਅਸੀਂ ਇੱਥੇ ਸਵਾਲ ਲੋਕਾਂ ਦੇ ਵਿਊ ਲਜਾਣੇ ਨੇ। ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ, ਉਹਨਾਂ ਨੇ 51000 ਸਕੀਮ ਕਰਤੀ ਪਰ ਇਹਨਾਂ ਨੂੰ ਸਕੀਮ ਨਹੀਂ ਮਿਲੀ। ਆਟਾ ਦਾਲ ਦੀ ਗੱਲ ਕਰੀਏ, ਆਟਾ ਦਾਲ ਤੋਂ ਇੱਥੋਂ ਦੇ 25 ਘਰ ਜਿਹੜੇ ਵਿਰਵੇ ਨੇ ਜਿਨ੍ਹਾਂ ਨੂੰ ਆਟਾ ਦਾਲ ਦੇ ਕਾਰਡ ਦੇ ਉੱਪਰ ਵੀ ਨਹੀਂ ਮਿਲ ਰਹੀ, ਵਿਧਵਾਵਾਂ ਨੇ ਇਸ ਪਿੰਡ ਦੀਆਂ ਜਿਨ੍ਹਾਂ ਨੂੰ ਕੁਛ ਨਹੀਂ ਮਿਲ ਰਿਹਾ ਹੈਗਾ, ਤੁਸੀਂ ਹੁਣੇ ਵਾਪਸ ਮੁੜ ਕੇ ਚੈੱਕ ਕਰ ਸਕਦੇ।
ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ, ਜਦ ਆਪਣੀ ਸਰਕਾਰ ਆਊਗੀ ਫਿਰ ਆਪਾਂ ਦੇਵਾਂਗੇ। ਹੁਣ ਇਸ ਟਾਈਮ ਸਾਡੀ ਹੈ ਨਹੀਂ, ਅਸੀਂ ਕੁਛ ਨਹੀਂ ਕਰ ਸਕਦੇ ਇਸ ਟਾਈਮ, ਸਾਡੇ ਹੱਥ ਕੁਛ ਨਹੀਂ ਹੈ। ਜੇਕਰ ਸਰਕਾਰ ਆਉਂਦੀ ਹੈ, ਤੁਸੀਂ ਜਿਸ ਤਰ੍ਹਾਂ ਹੁਣ ਸਤਿਕਾਰ ਨਾਲ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ, ਲੋਕਾਂ ਨਾਲ ਗੱਲਬਾਤ ਕਰ ਰਹੇ ਹੋ, ਕਿ ਇਸੇ ਤਰ੍ਹਾਂ ਹੀ ਫਿਰ ਪੇਸ਼ ਆਓਗੇ? ਹਾਂਜੀ ਹਾਂਜੀ ਇਸੇ ਤਰ੍ਹਾਂ ਆਏਂਗੇ, ਜਿਸ ਤਰ੍ਹਾਂ ਹੁਣ ਘੁੰਮ ਰਹੇ ਹਾਂ ਉਸੀ ਤਰ੍ਹਾਂ ਘੁੰਮਾਂਗੇ। ਮੇਰੇ ਹਸਬੈਂਡ ਹਾਰ ਗਏ ਸੀਗੇ ਤਾਂ ਵੀ ਇਸੀ ਤਰ੍ਹਾਂ ਘੁੰਮਦੇ ਰਹੇ ਨੇ, 4-5 ਸਾਲ ਉਹ ਵੀ ਘੁੰਮਦੇ ਰਹੇ ਨੇ ਅਤੇ ਹੁਣ ਵੀ ਘੁੰਮਾਂਗੇ। ਹਾਂਜੀ ਠੀਕ ਹੈ। ਅਤੇ ਇਹ ਸਨ ਮੈਡਮ ਜਿਹੜੇ ਸ਼੍ਰੀ ਕਬੀਰਦਾਸ ਜੀ ਉਹਨਾਂ ਦੇ ਧਰਮ ਸੁਪਤਨੀ, ਜਿਨ੍ਹਾਂ ਨੇ ਕਿਹਾ ਕਿ ਜੇਕਰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਆਪਣੇ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਹੀ ਵਿਚਰਨ।